ਦਸਤਾਰਾਂ ਸਜਾਈਆਂ ਜਾ ਰਹੀਆਂ ਜੀ, ਜਿਸ ਦੇ ਵਿੱਚ ਬੀਬੀਆਂ ਵੀ ਆ ਕੇ ਦਸਤਾਰਾਂ ਸਜਾ ਰਹੀਆਂ ਜੀ। ਆਪ ਮੁਹਾਰੇ ਸੰਗਤਾਂ ਆ ਕੇ ਕੇਸਰੀ ਦਸਤਾਰਾਂ ਸਜਾ ਰਹੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਤਿਗੁਰਾਂ ਨੇ ਮਹਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਜਿੱਥੇ ਇਹ ਅਸੀਂ ਕੁੰਡਲੀ ਬਾਰਡਰ 'ਤੇ ਜੋ ਕਿਸਾਨਾਂ ਦਾ ਸੰਗਤ ਰੂਪ 'ਚ ਮੋਰਚਾ ਲੱਗਿਆ ਹੋਇਆ ਹੈ, ਇਹ ਸਤਿਗੁਰਾਂ ਨੇ ਇੰਨੀ ਮਹਾਨ ਕਿਰਪਾ ਕੀਤੀ ਹੈ। ਸਾਡਾ ਸਿੱਖੀ ਦਾ ਨਾਲ ਨਾਲ ਪ੍ਰਚਾਰ ਹੋ ਰਿਹਾ ਹੈ ਕਿ ਇੱਥੇ ਜੋ ਪੋਹ ਸੁਦੀ ਸੱਤਵੀਂ ਤੱਕ ਕਿ ਇਹ ਬੀੜਾ ਰਚਿਆ, ਆਪ ਮੁਹਾਰੇ ਗੁਰੂ ਕੀਆਂ ਸਿੱਖ ਸੰਗਤਾਂ ਇਹ ਸੇਵਾ ਕਰ ਰਹੇ ਨੇ। ਜੋ ਨੌਜਵਾਨ ਸਿੰਘ ਵੇਖੋ, ਪਹਿਲੋਂ ਇਹ ਦਸਤਾਰਾਂ ਨਹੀਂ ਸੀ ਬੰਨੀਆਂ, ਕਈਆਂ ਨੇ ਬੰਨੀਆਂ ਵੀ ਸੀ। ਇਹ ਸੱਜੇ ਸੱਜੇ ਵਾਹਿਗੁਰੂ ਇਹਨਾਂ ਨੂੰ ਸਿੱਖੀ ਵੀ ਬਖਸ਼ੇ, ਸਿੱਖੀ ਦੀ ਜਾਤ ਵੀ ਬਖਸ਼ਣ। ਆਹ ਕੇਸਰੀ ਬਾਣਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਦੇ ਆ। ਆਹ ਕਿੰਨੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਨੇ, ਇਹ ਨਾਲ ਨਾਲ ਸਾਡਾ ਸਿੱਖੀ ਦਾ ਪ੍ਰਚਾਰ ਵੀ ਹੋ ਰਿਹਾ ਹੈ। ਇਹ ਬੜੀ ਵੱਡੀ ਖੁਸ਼ੀ ਦੀ ਗੱਲ ਹੈ। ਹੈ ਸਾਡਾ ਰੋਸ ਮੁਜ਼ਾਹਰਾ, ਇਹ ਧਰਨਾ ਹੈ, ਇਹ ਕਿੱਥੇ ਮਾਨਸਾ ਨੇ ਪਦਾਰਥ ਇੱਥੇ ਚੱਲ ਰਹੇ ਨੌਜਵਾਨ ਸਿੰਘ, ਇਹ ਦੇ ਬਜ਼ੁਰਗ ਮਾਵਾਂ ਭੈਣਾਂ ਮਾਤਾਵਾਂ ਸੇਵਾ ਨਿਭਾ ਰਹੀਆਂ ਨੇ। ਉੱਥੇ ਕਿਆ ਸੋਹਣੇ ਸਿੰਘਾਂ ਵੱਲੋਂ ਆਪ ਮੁਹਾਰੇ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ, ਅਤੇ ਜਿਹਦੇ ਵਿੱਚ ਕੁਝ ਸਿੰਘ ਸਾਡੇ ਨਿਹੰਗ ਜਥੇਬੰਦੀਆਂ ਨੇ, ਲਾਲ ਸਿੰਘ ਸਾਰੇ ਉਹਨਾਂ ਦਾ ਉਦਮ ਸਦਕਾ ਜੋ ਇਹ ਪਰਾਲਾ ਜਿਹੜੇ ਨੌਜਵਾਨ ਇਹ ਸਿੰਘ ਜਿਹੜੇ ਇਹਨਾਂ ਨੇ ਕੇਸਰੀ ਦੁਪੱਟੇ ਸਜਾਏ ਹੋਣੇ, ਅਤੇ ਜਿੱਥੇ ਆਪ ਮੁਹਾਰੇ ਸੰਗਤਾਂ ਸੇਵਾਵਾਂ ਕਰ ਰਹੀਆਂ ਨੇ, ਉੱਥੇ ਸਾਡੇ ਅਤਿ ਸਤਿਕਾਰ ਸਿੰਘ ਸਾਹਿਬ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹ ਇਹਨਾਂ ਨੂੰ ਅਸ਼ੀਰਵਾਦ ਦੇ ਰਹੇ ਨੇ ਕਿ ਕਿੱਡਾ ਸੋਹਣਾ ਇਹਨਾਂ ਨੇ ਉਪਰਾਲਾ ਕੀਤਾ ਇਹ ਨੌਜਵਾਨਾਂ ਨੇ, ਉਹਨਾਂ ਗੁਰੂ ਦੀਆਂ ਸਿੱਖਾਂ ਨੇ। ਅਤੇ ਸਿੰਘ ਸਾਹਿਬ ਜੀ ਵੱਲੋਂ ਅਰਦਾਸ ਹੈ ਮਹਾਰਾਜ ਇਹਨਾਂ ਸਾਰੇ ਪਰਿਵਾਰਾਂ ਦੇ ਨੌਜਵਾਨਾਂ ਦੇ ਸਿੰਘਾਂ ਦੇ ਚੜ੍ਹਦੀ ਕਲਾ ਕਰਨੀ। ਸੋ ਮੈਂ ਇਹ ਸਿੰਘਾਂ ਨੂੰ ਬੇਨਤੀ ਕਰਦਾ ਹੈ ਕਿ ਗੱਜ ਕੇ ਸਾਰੇ ਜਕਾਰਾ ਬੁਲਾਓ ਇੱਕ ਹੁਣ। ਇਹ ਐਡੀ ਵੱਡੀ ਖੁਸ਼ੀ ਹੈ ਵੀ ਜਿੱਥੇ ਇਹ ਕੁਝ ਆਪ ਮੁਹਾਰੇ ਸੰਗਤਾਂ ਸੇਵਾਵਾਂ ਨਿਭਾ ਰਹੀਆਂ ਨੇ, ਜੋ ਸਰਕਾਰ ਜੋ ਬਾਬਾ ਸਵਰਨਜੀਤ ਸਿੰਘ ਪਠਲਾਵੇ ਵਾਲੇ ਸਾਰੇ ਗੁਰਮੁਖ ਸਿੰਘ ਰਲ ਕੇ ਅਤੇ ਨਾਲ ਕੁਦਰਤੀ ਇਹ ਸਿੰਘ ਸਾਹਿਬ ਜੀ ਹੋਣਾ ਨੇ, ਇੱਥੇ ਗੁਰੂ ਕੇ ਲੰਗਰ ਚੱਲ ਰਹੇ ਨੇ, ਉੱਥੇ ਦਵਾਈਆਂ ਚੱਲ ਰਹੀਆਂ ਨੇ, ਅਤੇ ਹੋਮਿਓਪੈਥਿਕ ਆਯੁਰਵੈਦਿਕ ਐਲੋਪੈਥੀ ਨਾਲ ਰੈਣ ਬਸੇਰਾ ਬਣਿਆ ਹੈ। ਤਾਂ ਚਾਹੁੰਦਾ ਆਪ ਜੀ ਨੂੰ ਪਤਾ ਵੀ ਹੋਵੇਗਾ, ਇਹ ਸਭ ਜਾਣੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸਕੇ ਭਤੀਜੇ ਨੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ। ਅਤੇ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ, ਇਹ ਸਾਰੇ ਸਿੰਘ ਉਹ ਅਕਾਲ ਤਖਤ ਜਥੇਦਾਰ ਨੇ, ਉੱਥੇ ਮਰਦੇ ਮਜਾ ਦਮਦੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ ਭਾਈ ਸਾਹਿਬ ਵੀ ਬੈਠੇ ਨੇ। ਅਤੇ ਮੈਂ ਸਿੰਘਾਂ ਨੂੰ ਬੇਨਤੀ ਕਰਦਾ ਉਹ ਦੋ ਮਿੰਟ ਆਪਾਂ ਇਹ ਜਿੱਥੇ ਨੌਜਵਾਨ ਸਿੰਘਾਂ ਨੇ ਕੇਸਰੀ ਦਸਤਾਰਾਂ ਸਜਾਈਆਂ ਨੇ, ਉੱਥੇ ਮਹਾਂਪੁਰਖਾਂ ਦੇ ਵੱਡੇ ਭਾਈ ਸਾਹਿਬ ਅਤੇ ਸਿੰਘ ਸਾਹਿਬ ਦੇ ਸਾਬਕਾ ਜਿਹੜੇ ਅਕਾਲ ਤਖਤ ਸਾਹਿਬ, ਉਹਨਾਂ ਦਾ ਅਸ਼ੀਰਵਾਦ ਲੈ ਰਹੇ ਨੇ। ਫਤਿਹ ਬੁਲਾਓ ਜੀ, ਫਤਿਹ ਸਾਰੇ ਜਾਣੇ ਬਸ ਚੜ੍ਹਦੀ ਕਲਾ ਹੋ ਚੁੱਕਾ ਹੋ ਜਾਓ, ਕਿਉਂਕਿ ਮਹਾਰਾਜ ਕਲਗੀਧਰ ਮਹਾਰਾਜ ਨੇ ਹੀ ਫਤਿਹ ਕਰਨੀ ਹੈ।
ਇੱਥੇ ਤੋਂ ਕਈ ਦੀ ਕਮਾਂਡ ਦੇ ਗੁਰੂ ਸਾਹਿਬ ਆਪ ਵਰਤ ਰਹੇ ਆ, ਕਿੱਡੇ ਲੰਗਰ ਚੱਲ ਰਹੇ ਆ, ਬੇਪਰਵਾਹੀ ਆ। ਅਤੇ ਆਹ ਜਿਹੜੀਆਂ ਕੇਸਰੀ ਤੁਸੀਂ ਦਸਤਾਰਾਂ ਸਜਾਈਆਂ, ਹੋਰ ਵੀ ਚੜ੍ਹਦੀ ਕਲਾ ਹੋ ਗਈ, ਉਸ ਦੀ ਸਤਰੂ ਤੱਕ ਆਪਾਂ 20 ਜਨਵਰੀ ਨੂੰ ਚੜ੍ਹਦੀ ਕਲਾ ਵਾਹਿਗੁਰੂ ਜੀ ਕੀ ਫਤਿਹ। ਦਸਤਾਰਾ ਕੇਸਰੀ ਦਸਤਾਰਾਂ ਦੇ ਲੰਗਰ ਚੱਲ ਰਹੇ ਆ ਜੀ, ਆਪ ਮੁਹਾਰੇ ਆ ਕੇ ਸੰਗਤਾਂ ਦਸਤਾਰਾਂ ਸਜਾ ਰਹੀਆਂ ਅਤੇ ਪਰਨ ਕਰ ਰਹੀਆਂ ਕਿ ਅਸੀਂ ਸਰਦਾਰ ਬਣਾਂਗੇ। ਨਾ ਲਿਖਾਤਾ।